ਸ਼ਰਿਆਮ ਧੱਕਾ ਹੈ ਜੋ ਕਿ ਪੰਜਾਬ ਦੀ ਬਣੀ ਸਰਕਾਰ ਸਾਨੂੰ ਭਗਵੰਤ ਮਾਨ ਨੇ ਕਿਹਾ ਸੀ ਕਿ ਤੁਹਾਡੇ ਆਮ ਲੋਕਾਂ ਦੀ ਸਰਕਾਰ ਹੋਊਗੀ ਅਸੀਂ ਪਿੰਡਾਂ ਦੀਆਂ ਸੱਥਾਂ ਤੋਂ ਸਰਕਾਰ ਚਲਾਵਾਂਗੇ ਅੱਜ ਉਹ ਸਰਕਾਰ ਸਾਨੂੰ ਟੋਲ ਤੇ ਬਿਠਾ ਕੇ ਧਰਨੇ ਦੇ ਰੂਪ ਵਿੱਚ ਸਰਕਾਰ ਚਲਾ ਰਹੇ ਆ ਕੋਈ ਸ਼ੱਕ ਨਹੀਂ ਇਹਦੇ ਵਿੱਚ ਜੋ ਕਿ ਭਰਾਵੋ ਅਸੀਂ ਦਿੱਲੀ ਦੇ ਅੰਦਰ 13 ਮਹੀਨੇ ਸੰਘਰਸ਼ ਲੜ ਕੇ ਆਏ ਆ ਉਹਦੇ ਵਿੱਚ ਅਸੀਂ 700 ਤੋਂ ਲੈ ਕੇ 800 ਦੇ ਕਰੀਬ ਅਸੀਂ ਸ਼ਹੀਦੀਆਂ ਪਾ ਕੇ ਸਾਡੇ ਕਿਸਾਨਾਂ ਨੂੰ ਬੀਬੀਆਂ ਨੂੰ ਨੌਜਵਾਨਾਂ ਨੂੰ ਸ਼ਹੀਦ ਕਰਾ ਕੇ ਉਹ ਸੰਘਰਸ਼ ਜਿੱਤਿਆ ਇਹ ਕੋਈ ਸੰਘਰਸ਼ ਕੋਈ ਨਹੀਂ ਜਿੱਤਿਆ ਗਿਆ ਸੋ ਭਰਾਵੋ ਜਿਹੜੇ ਕਿ ਉਹ ਤਿੰਨ ਕਾਲੇ ਕਾਨੂੰਨ ਦੇ ਵਿੱਚ ਇੱਕ ਸਾਡੀ ਲੜਾਈ ਸੀ ਜਿਹੜਾ ਬਿਜਲੀ ਦਾ ਬਿੱਲ 2020 ਸੀ ਉਹਨੂੰ ਅੱਜ ਸੈਂਟਰ ਦੇ ਨਾਲ ਰਲ ਕੇ ਇਹ ਪੰਜਾਬ ਦੀ ਕਠਪੁਤਲੀ ਬਣ ਕੇ ਸੈਂਟਰ ਆਪਣੇ ਪੰਜਾਬ ਦੀ ਕੁਰਸੀ ਤੇ ਕਾਬਜ ਹੋਇਆ ਬੈਠਾ ਭਗਵੰਤ ਮਾਨ 3-4 ਲੱਖ ਮੀਟਰ ਜਿਹੜੇ ਕਿ ਸੈਂਟਰ ਦੇ ਵਿੱਚੋਂ ਲੈ ਕੇ ਆਇਆ ਉਹ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਸਾਡੇ ਘਰਾਂ 'ਚ ਸਰਕਾਰੀ ਦਫ਼ਤਰਾਂ 'ਚ ਇਹ ਲਾਉਣ ਨੂੰ ਫਿਰਦੇ ਆ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਦਾ ਬਿਆਨ ਵੀ ਲੱਗਿਆ ਸੀ ਕਿ ਕਿਸੇ ਹਾਲਤ ਦੇ ਵਿੱਚੋਂ ਮੀਟਰ ਲੱਗਣ ਨਹੀਂ ਦਿੱਤੇ ਜਾਣਗੇ ਸੋ ਭਰਾਵੋ ਅਸੀਂ ਪਿਛਲੇ ਦਿਨੀ ਸੈਂਟਰ ਨੇ ਬਜਟ ਪੇਸ਼ ਕੀਤਾ ਜਿਹੜਾ ਕਿ ਕਿਸਾਨ ਲਈ ਕੁਛ ਵੀ ਨਹੀਂ ਦਿੱਤਾ ਖੋਖਲਾ ਬਜਟ ਹੈ ਇਸੇ ਤਰਜ ਦੇ ਉੱਤੇ ਪੰਜਾਬ ਦੀ ਸਰਕਾਰ ਨੇ ਬਜਟ ਪੇਸ਼ ਕੀਤਾ ਕਿ ਜਿਹਦੇ ਵਿੱਚ ਨਾ ਤਾਂ ਕਿਸਾਨੀ ਲਈ ਕੁਛ ਰੱਖਿਆ ਤੇ ਨਾ ਜਿਹੜੇ ਸਾਡੇ ਨੌਜਵਾਨਾਂ ਨੇ ਵੱਧ ਤੋਂ ਵੱਧ ਵੋਟਾਂ ਪਾਈਆਂ ਸੀ ਇਸ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਂਦਾ ਉਹ ਵਿਦਿਆਰਥੀਆਂ ਲਈ ਕੁਛ ਦਿੱਤਾ ਗਿਆ ਹੈ ਜਿਹੜੇ ਕਿ ਬਹੁਤ ਵੱਡੇ ਵੱਡੇ ਦਮ ਗਜੇ ਮਾਰਦੀ ਸੀ ਇਹ ਸਰਕਾਰ ਇੱਕ ਬੀਬੀ ਖੜ ਤੋਂ ਮੇਲੇ ਜਿੱਤੀ ਆ ਉਹ ਕਹਿੰਦੀ ਸੀ ਕਿ ਅਗਲੀਆਂ ਸਰਕਾਰਾਂ ਨੂੰ ਪਤਾ ਨਹੀਂ ਕਿਵੇਂ ਸਰਕਾਰ ਚੱਲਦੀ ਹੈ 5 ਮਿੰਟਾਂ ਦੇ ਵਿੱਚ ਅਸੀਂ MSP ਲਿਆ ਦਿਆਂਗੇ ਪਰ ਹੁਣ ਮੀਡੀਆ ਦੇ ਉੱਤੇ ਉਹ ਆਪ ਸਰ ਸ਼ਰਿਆਮ ਬੋਲੀ ਹੈ ਕਿ ਮੈਨੂੰ ਇਹ ਗੱਲ ਨਹੀਂ ਕਿ ਆਪਣੇ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਿਹੜਾ ਕਿ ਸਭ ਤੋਂ ਵੱਡਾ ਤਾਂ ਸਾਡਾ ਇੱਕ ਹੈ ਜੀ ਇੱਕੀ ਦੇ ਨਾਲ ਸਾਰਾ ਕੁਝ ਕਰ ਸਕਦੇ ਹਾਂ ਜਿਹੜਾ ਕਿ ਸਾਡੇ ਇੱਕ ਜੜਵਾ ਟੂਲ ਪਲਾਜ਼ਾ ਸੀਗਾ ਜੀ ਅਸੀਂ ਸਿਰਫ 8 ਘੰਟਿਆਂ ਦੇ ਵਿੱਚ ਫ੍ਰੀ ਕਰਵਾਤਾ ਸੀ ਉਹਦੇ ਵਿੱਚ ਕੋਈ ਸਾਡਾ ਦਾਇਰਾ ਨਹੀਂ ਰਿਹਾ 35-35 ਕਿਲੋਮੀਟਰ ਤੱਕ ਦਾ ਅਸੀਂ ਕਰਵਾ ਕੇ ਹਟੇ ਹਾਂ ਜਿੰਨੇ ਮੇਰੇ ਪਿੰਡ ਦੇ ਬਲਾਕ ਦੇ ਵਿੱਚ ਆਉਂਦੇ ਸੀ ਪਿੰਡ ਸਾਰੇ ਪਿੰਡ ਫ੍ਰੀ ਕਰਾਏ ਆ ਇਹ ਪਤਾ ਕੀ ਹੈ ਆਪਣੀਆਂ ਮਹੀਆਂ ਵਾਲਾ ਕੰਮ ਹੀ ਹੁੰਦਾ ਕਈ ਕੌੜ ਹੁੰਦੀਆਂ ਕਈ ਸੀਲ ਹੁੰਦੀਆਂ ਅਤੇ ਪਰ ਦੁੱਧ ਤਾਂ ਇੱਕ ਹੀ ਆ ਕੌੜ ਦਾ ਵੀ ਨਹੀਂ ਛੱਡਦੇ ਜਦੋਂ ਉਹਨੂੰ ਵੜੋੜਾ ਦੇ ਜਾਂਦਾ ਸਿੰਗਾਲਾ ਵੀ ਲਵਾ ਲੈਂਦੇ ਆ ਠੀਕ ਹੈ ਨਾ ਦੁੱਧ ਤਾਂ ਆਪਾਂ ਇਹ ਵੀ ਲਵਾ ਲਾਂਗੇ ਕੋਈ ਗੱਲ ਨਹੀਂ ਅਤੇ ਪਰ ਆਪਾਂ ਨੂੰ ਜਾਬ ਤਾਂ ਆਪਣੀ ਉਹ ਮਹਿੰਗ ਵਾਲਾ ਕਰਨਾ ਪੈਣਾ ਇਹਨਾਂ ਨਾਲ ਅਤੇ ਇੱਕ ਜਿਹੜੇ ਕਿ ਆਪਣੇ ਬਿੱਲ ਆਏ ਸੀਗੇ ਜੀ ਪਹਿਲਾਂ ਕਿ ਅਸੀਂ 3 ਬਿੱਲ ਜਿਹੜੇ ਦਿੱਲੀ ਦੇ ਮਾਫ਼ ਕਰਵਾ ਕੇ ਆਏ ਆ ਪਰ ਉਹ ਮਾਫ਼ ਨਹੀਂ ਹੋਏ ਆ ਜੀ ਠੀਕ ਉਵੇਂ ਪਏ ਆ ਜਿਹੜੇ ਕਿ ਸਾਡੇ ਆਹ ਜਿਹੜੇ ਮੀਟਰ ਆ ਮੀਟਰ ਉਹੀ ਕਾਪੀ ਸਾਡੀ ਚੱਲ ਪਈ ਹੈ ਸਾਡੇ ਮੇਰੇ ਗਿੱਦੜ ਦੇ ਬਲਾਕ ਦੇ ਵਿੱਚ ਮੀਟਰ ਲਾਉਣ ਆਏ ਸੀਗੇ ਮੀਟਰਾਂ ਦਾ ਪੂਰਾ ਘਰਾਓ ਕਰਿਆ ਕੱਲ੍ਹ ਐਕਸ਼ਨ ਨੂੰ ਘੇਰਿਆ ਦੋਨੇ SDਗਾਂ ਨੂੰ ਘੇਰਿਆ ਤਾਂ SDO ਕਹਿੰਦਾ ਜੀ ਤੁਸੀਂ ਕੀ ਕਰੋਗੇ ਅਖੇ ਅੱਛਾ ਮੀਟਰ ਲਾਉਣੇ ਪੈਣੇ ਆ ਮੈਂ ਕਿਹਾ ਤੂੰ ਮੁੰਡਿਆਂ ਨੂੰ ਉਹਨੇ ਭੇਜੀ ਤੂੰ ਆਪ ਚੱਲੀ ਆਹਦਾ ਫਿਰ ਕੀ ਕਰੋਗੇ ਮੈਂ ਕਿਹਾ ਜਿਹੜਾ ਕੋਈ ਕਾਰਜ ਉਹਨੇ ਤੈਨੂੰ ਤਾੜਾਂਗੇ ਠੀਕ ਹੈ ਨਾ ਤੂੰ ਚੱਲ ਸਾਡੇ ਬਲਾਕ ਦੇ ਵਿੱਚ ਤੈਨੂੰ ਤਾੜਾਂਗੇ ਪਰ ਪਤਾ ਕੀ ਹੈ ਆਪਾਂ ਨੇ ਮਜਬੂਰ ਹੋਣਾ ਫਿਰ ਮੈਂ ਉਹਨੂੰ ਸਮਝਾਇਆ ਇਹ ਜਿਹੜੇ ਸਾਡੇ ਮੀਟਰ ਆ ਨਾ ਜਦੋਂ ਚਿੱਪ ਵਾਲੇ ਹੋ ਗਏ ਤੇ ਮੈਂ ਕਿਹਾ ਰਹਿਣਾ ਤੂੰ ਵੀ ਨਹੀਂ ਤੇਰੀ ਕੁਰਸੀ ਨਹੀਂ ਰਹਿਣੀ ਜਿਹੜੇ ਤੁਸੀਂ ਬੱਚੇ ਪੈਦਾ ਕਰੇ ਆ ਉਹ ਟੀਕੇ ਲਾ ਲਾ ਮੰਨਗੇ ਨੌਕਰੀ ਕਿੱਥੋਂ ਮਿਲੂਗੀ ਇਹ ਜਿਹੜੇ ਬਿਜਲੀ ਮਹਿਕਮਾ ਇਹਨਾਂ ਨੇ ਖਤਮ ਕਰ ਦੇਣਾ ਇਹ ਦੂਜੀ ਕਾਪੀ ਆ ਕੇ ਇਹਨੂੰ ਜਦੋਂ ਚਿੱਪ ਵਾਲੀ ਮੀਟਰ ਲਾ ਕੇ ਫਿਰ ਮੁਲਾਜ਼ਮਾਂ ਦੀ ਤਾਂ ਲੋੜ ਹੀ ਨਹੀਂਗੀ ਇਸੇ ਤਾਂ ਕਹੀਦਾ ਅਸੀਂ ਦੂਜੇ ਬਿੱਲਾਂ ਦਾ ਵਿਰੋਧ ਕਰਿਆ ਸੀਗਾ ਇਹ ਆਪਾਂ ਨੂੰ ਜੁੜ ਕੇ ਸਾਰਾ ਕੁਛ ਇਤਫਾਕ ਦੇ ਨਾਲ ਹੀ ਮਿਲਣਾ ਇਵੇਂ ਨਹੀਂ ਮਿਲਣਾ SDO ਐਕਸ਼ਨ ਤੇ ਵੀ ਮੂੰਹ ਦੇ ਵਿੱਚੋਂ ਹਾਂ ਖਵਾ ਕੇ ਫਿਰ ਹੱਲਿਆ ਵੈ ਕਿਉਂਕਿ ਇਤਫਾਕ ਸੀਗਾ 20-25 ਬੰਦੇ ਮਗਰ ਖੜੇ ਸੀ ਮੈਨੂੰ ਕੌਣ ਜਾਣਦਾ
ਇੱਕ ਜਥੇਬੰਦੀ ਨੂੰ ਜਾਣਦੇ ਆ ਸਾਰੇ ਸਾਡੇ ਚ ਬੈਚ ਲੱਗਿਆ ਤੇ ਹਰਾ ਪਰਨਾ ਪਾਇਆ ਨਾ ਅਫਸਰ ਸੌ ਵਾਰੀ ਸੋਚਦਾ ਹੈ ਵੀ ਇਹ ਬੰਦੇ ਨਾਲ ਆਪਾਂ ਗੱਲ ਕਿਵੇਂ ਕਰਨੀ ਹੈ। ਇਹ ਆਪਾਂ ਨੂੰ ਇੱਕ ਜਿਹੜਾ ਬੈਚ ਹੈ ਇਹ ਤੁਹਾਡੀ ਬੰਦੂਕ ਹੀ ਹੈ, ਇਹਨੂੰ ਹਰ ਟਾਈਮ ਰੱਖਿਆ ਕਰੋ ਯਾਰ, ਹਰ ਟਾਈਮ ਹਰਾ ਪਰਨਾ ਪਾ ਕੇ ਰੱਖੋ ਗੱਲ ਦੇ ਵਿੱਚ। ਜਿਹੜੇ ਅਫਸਰ ਦੇ ਜਾਂਦੇ ਆ, ਡੀ ਐਸ ਪੀ ਦੇ ਜਾਂਦੇ, ਐਸ ਐਸ ਪੀ ਦੇ ਜਾਂਦੇ ਆ, ਪਹਿਲਾਂ ਸੌ ਵਾਰੀ ਸੋਚਦਾ ਯਾਰ ਮੈਂ ਗੱਲ ਇਹਦਾ ਕਿਵੇਂ ਕਰੂੰਗਾ। ਹੈ ਬਾਕੀ ਆਪਾਂ ਵੀ ਇੰਨੇ ਕੁ ਪੜ ਜਾਈਏ ਕਿ ਗੱਲ ਅੱਗੋਂ ਕਰਨੀ ਨਾ ਤੇ ਕਿ ਪਹਿਲਾਂ ਹੀ ਉੱਤੋਂ ਹੀ ਪੈ ਜਾ ਕਰੂ। ਅਫਸਰ ਜਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਹੈ ਨਹੀਂ ਗਿਆ ਤੇ ਪਰ ਜਦੋਂ ਜਾਂਦੇ ਆ ਨਾ ਰਵਾਲਮ ਨੂੰ ਫੈਲ ਜਾ ਕਰੋ, ਤਾਂ ਅਫਸਰ ਦੀ ਤਾਕਤ ਨਹੀਂ ਕਿ ਤੁਹਾਨੂੰ ਜਵਾਬ ਦੇ ਜੂਗਾ ਕਿਸੇ ਗੱਲੋਂ। ਪਰ ਆਪਾਂ ਨੂੰ ਅਸਵਾਕ ਜ਼ਰੂਰੀ ਹੈ, ਪਿਓ ਟੰਗਾ।